ਜ਼ਿਲ੍ਹਾ ਗੰਦਰਬਲ ਸੋਨਮਰਗ ਅਤੇ ਇਸ ਵੇਲੇ ਆਪਣਾ ਐਲਟੀਟਿਊਡ 2600-2700 ਮੀਟਰ ਦਾ ਅਤੇ ਤਾਪਮਾਨ ਇੱਥੋਂ ਦਾ 6-7 ਡਿਗਰੀ ਆ। ਤਰੀਕ ਅੱਜ ਹੈਗੀ ਆ 15 ਤਰੀਕ ਆ, 15 ਹੀ ਆ ਨਾ ਵੀ ਤਾਂ ਇੱਧਰ ਵੀਤ ਖੜਾ ਤਾਂ ਇਹ ਦੱਸਦਾ ਵੀ 15 ਤਰੀਕ ਆ, ਸੋਨਮਰਗ ਖੜ੍ਹੇ ਹਾਂ। ਇੱਥੇ ਇੱਕ ਨਿੱਕਾ ਜਿਹਾ ਟਰੈਕ ਆ, ਟਰੈਕ ਨਿੱਕਾ ਜਿਹਾ ਵੀ ਬੱਚਿਆਂ ਦਾ ਕਰਨ ਜਾ ਕੀਤਾ ਜਾ ਸਕਦਾ, ਉਹ ਟਰੈਕ ਉਹ ਕਰਨ ਲੱਗੇ ਹਾਂ। ਆਹ ਇੱਥੇ ਵੀਰ ਭਰਾ ਖੜ੍ਹੇ ਆ, ਇਹ ਆਉਂਦੇ ਵੀ ਖੱਚਰਾਂ ਘੋੜਿਆਂ 'ਤੇ ਚੱਲੋ, ਅਤੇ ਇਹਨਾਂ ਨੂੰ ਦੱਸਿਆ ਵੀ ਅਸੀਂ ਕਰਦੇ ਰਹਿੰਦੇ ਮਾੜਾ ਮੋਟਾ ਇਹ ਟਰੈਕਾਂ ਟਰੁੱਕਾਂ ਦਾ। ਫਿਰ ਇਹਨੇ ਆਪ ਹੀ ਦੱਸਤਾ, ਕਹਿੰਦਾ ਵੀ ਉਹ ਪੱਗ ਡੰਡੀ ਆ ਅਤੇ ਪੱਗ ਡੰਡੀ ਫੜ ਲਓ ਅਤੇ ਗਾਹ ਨੂੰ ਜਾਓ। ਆਪਕਾ ਧੰਨਵਾਦ ਹਮੇਂ ਯੇ ਬਤਾਨੇ ਕੇ ਲੀਏ। ਆਪਕਾ ਨਾਮ? ਉਮਰ ਅਲੀ। ਉਮਰ ਅਲੀ, ਠੀਕ ਹੈ ਉਮਰ ਅਲੀ। ਅਤੇ ਇੱਧਰਲੇ ਪਾਸੇ ਸਾਰੇ ਦਾ ਸਾਰਾ ਸੋਨਮਾਰਗ ਹੋਟਲ ਰੰਗਾਰੰਗ ਪ੍ਰੋਗਰਾਮ। ਸੋਨਮਾਰਗ ਦੀ ਮੁੱਖ ਸੜਕ ਤੋਂ ਆ ਹੋਟਲ ਦਿਸਦਾ ਰੈਡੀਸਨ, ਅਤੇ ਗੱਡੀ ਰੈਡੀਸਨ ਤੱਕ ਆ ਜਾਂਦੀ ਆ। ਰੈਡੀਸਨ 'ਚ ਰਹਿਣ ਦੀ ਲੋੜ ਤਾਂ ਨਹੀਂ, ਇਹ ਲੀੜੇ ਲਾ ਲੈਣਗੇ। ਆਪਦੀ ਗੱਡੀ ਉੱਥੇ ਠੱਲੋ, ਗੱਡੀ ਠੱਲਣ ਤੋਂ ਬਾਅਦ ਇਹ 1.5 ਕਿਲੋਮੀਟਰ ਦੀ ਵਾਟ ਇੱਥੇ ਨਿਕਲ ਜਾਂਦੀ ਆ, 1.5 ਕਿਲੋਮੀਟਰ। ਉਦੋਂ ਬਾਅਦ ਬੰਦਾ ਤੁਰ ਕੇ ਇੱਥੋਂ ਟਰੈਕ ਸ਼ੁਰੂ ਕਰ ਸਕਦਾ। ਹਾਂ ਪੁੱਤ, ਅਤੇ ਮੈਨੂੰ ਐਂ ਦੱਸ ਮੇਰੀ ਧੀ, ਤੈਨੂੰ ਚੱਕਣਾ ਤਾਂ ਨਹੀਂ ਨਾ ਪੈਂਦਾ ਅੱਜ? ਹਾਂਜੀ, ਥੱਕ ਗਿਆ ਫਿਰ ਵੀ ਜਾਣਾ ਪੁੱਤ ਤੂੰ, ਠੀਕ ਆ ਨਾ? ਹਾਂ, ਗਲੇਸ਼ੀਅਰ ਹੀ ਚੱਲਿਆ ਵੀਰੇ ਅਸੀਂ, ਨਹੀਂ ਘੋੜਾ ਤਾਂ ਨਹੀਂ, ਜਵਾਕ ਕਹਿੰਦਾ ਤੁਰ ਕੇ ਜਾਣਾ ਅੱਜ। ਹਾਂ, ਉਹ ਤਾਂ ਜਾ ਕੇ ਦੇਖ ਲਾਂਗੇ ਵੀਰੇ। ਸਾਹਮਣੇ ਲਿਖਿਆ ਵੈਲਕਮ ਤਾਜਵਾਸ ਵਾਈਲਡ ਲਾਈਫ ਸੈਂਚਰੀ। ਇੱਥੇ ਆਹ ਜਾਨਵਰ ਆ, ਸਨੋ ਲੈਪਰਡ, ਰਿੱਛ, ਹਿਮਾਲੀਅਨ ਬਰਾਊਨ ਬੀਅਰ ਅਤੇ ਕਈ ਨਾਂ ਲਿਖੇ ਹੋਏ ਨੇ। ਸਾਹਮਣੇ ਗੇਟ ਬਣਿਆ ਹੋਇਆ ਇਹਦਾ। ਕੀ ਪੁੱਤ? ਹਾਂ, ਚੀਤਾ ਪੁੱਤ, ਫੌਕਸ, ਲੂੰਬੜੀ, ਬੀਅਰ, ਰਿੱਛ। ਚੱਲ ਫਿਰ ਬਾਟ ਕੱਢ ਪੁੱਤ, ਇੰਨੀ ਹੌਲੀ ਤੁਰ ਕੇ ਫਿਰ ਪੂਰਾ ਨਹੀਂ ਆ ਜਾਣਾ ਆਪਣੇ ਤੋਂ, ਆਥਣ ਹੋ ਜੂਗਾ। ਟੋਪੀਆਂ ਲੈ ਗਈਆਂ ਜਵਾਨ ਦੀਆਂ। ਤਾਜਵਾਸ ਵਾਈਲਡ ਲਾਈਫ ਸੈਂਚਰੀ, ਅਸਲ ਦੇ ਵਿੱਚ ਜਿਹੜਾ ਤਾਜਵਾਸ ਆ ਉਹ ਇੱਥੋਂ ਦਾ ਗਲੇਸ਼ੀਅਰ ਜਿਹੜਾ ਸਾਹਮਣੇ ਦਿਸੂਗਾ ਗਾਂਹ ਜਾ ਕੇ, ਗਲੇਸ਼ੀਅਰ ਉਹਦੇ ਨਾਂ 'ਤੇ ਹੀ ਸਾਰੇ ਦਾ ਮਤਲਬ ਕਿ ਆ ਤਾਜਵਾਸ ਵਾਈਲਡ ਲਾਈਫ ਸੈਂਚਰੀ ਵੀ ਹੈ ਨਾਲ, ਅਤੇ ਇੱਧਰਲੇ ਪਾਸੇ ਵੀ ਕੁਛ ਬਣੇ ਹੋਏ ਨੇ। ਵਾਈਲਡ ਲਾਈਫ ਸੈਂਚਰੀ ਦੇ ਵਿੱਚ ਆਹ ਜਾਨਵਰ ਟੱਕਰੇ ਆ, ਭਾਲੂ, ਫੌਕਸ, ਜਿਨ੍ਹਾਂ ਦੇ ਬਾਹਰ ਫੋਟੋਆਂ ਲੱਗੀਆਂ ਸੀ ਉਹਨਾਂ 'ਚ ਵੈਸੇ ਕੋਈ ਵੀ ਨਹੀਂ ਮਿਲਣਾ। ਇਹਦਾ ਵਿਚਾਰੇ ਆ ਗਾਵਾਂ ਵਰਦੀਆਂ ਦੇ ਵਿੱਚ ਵੱਜਦੀਆਂ। ਇਹ ਸਾਡੇ ਭਲਵਾਨ ਦਾ ਅਸਲ ਦੇ ਵਿੱਚ ਦੂਜਾ ਟਰੈਕ ਹੈ, ਅਤੇ ਦੇਖਦੇ ਹਾਂ ਕੀ ਰੰਗ ਲਾਉਂਦਾ। ਹਜੇ ਤੱਕ ਤਾਂ ਵੀ ਕਹਿੰਦਾ ਵੀ ਭਾਈ ਅਸੀਂ ਚੜ੍ਹ ਜਾਂਗੇ, ਠੀਕ ਆ ਪੁੱਤ? ਮੈਨੂੰ ਐਂ ਜਿਹਨੇ ਪੁੱਛੀ ਕਿੰਨੀ ਵਾਟ ਰਹਿ ਗਈ, ਕਿੰਨੀ ਵਾਟ ਆ ਗਈ, ਨਹੀਂ ਪੁੱਛਦਾ ਨਾ। ਬਸ ਠੀਕ ਆ, ਤੁਰਿਆ ਚੱਲ ਮੇਰਾ ਸ਼ੇਰ। ਜੋ ਥੱਕ ਗਏ ਪੁੱਤ ਉਦੋਂ ਵੀ ਚੜ੍ਹਨਾ ਆਪਾਂ। ਨਹੀਂ ਪੁੱਤ, ਜਦੋਂ ਚੜ੍ਹਾਈ ਚੜ੍ਹਾਂਗੇ ਠੰਡ ਲੱਗਣੀ ਨਹੀਂ, ਗਰਮੀ ਲੱਗੂਗੀ, ਤੇਰੇ ਲੀੜੇ ਲੈਣ ਲੱਗ ਜਾਣਗੇ ਉਦੋਂ ਬਾਅਦ। ਆਹ ਕੋਟ ਦਾ ਲੈ ਜੂ ਤਾਂ ਹਾਲ ਆ। ਚੱਲ ਮੇਰਾ ਸ਼ੇਰ। ਜਦੋਂ ਕਸ਼ਮੀਰ ਦੀ ਗੱਲ ਛੱਡਦੀ ਹੈ ਤਾਂ ਦੋ ਨਾਵਾਂ ਦਾ ਜ਼ਿਕਰ ਆਉਂਦਾ ਹੈ, ਗੁਲਮਰਗ ਅਤੇ ਸੋਨਮਰਗ। ਸੋਨਮਰਗ ਥੋੜ੍ਹੀ ਜਿਹੀ ਰੈਲ ਹੁੰਦੀ ਹੈ ਗੁਲਮਰਗ ਦੇ ਮੁਕਾਬਲੇ, ਅਤੇ ਸਾਹਮਣੇ ਜਿਹੜਾ ਫਰੇਮ ਦੇ ਵਿੱਚ ਆ ਗੱਲਬਾਤ ਬਣੀ ਜਾਂਦੀ ਹੈ, ਇਹ ਉਤਲੇ ਲੈਵਲ ਦੀ ਗੱਲਬਾਤ ਹੈ, ਬਹੁਤ ਸੋਹਣਾ ਵਿਊ ਹੈ। ਸੋਨਮਰਗ ਵਿੱਚ ਜਦੋਂ ਆਪਾਂ ਇਹ ਟਰੈਕ ਕਰਦੇ ਹਾਂ ਤਾਜਵਾਸ ਗਲੇਸ਼ੀਅਰ ਟਰੈਕ, ਤਾਂ ਉਹ ਟਰੈਕ ਦੇ ਵਿੱਚ ਇਹੋ ਜਿਹੇ ਝਾਕੇ ਦੇਖਣ ਨੂੰ ਮਿਲਣਗੇ, ਹਰੇ ਭਰੇ ਦਰਖਤ। ਅਤੇ ਆਹ ਰਾਹ ਜਿਹੜਾ ਇਹ ਪੱਗ ਡੰਡੀ ਹੈ ਸਮਝੋ, ਅਤੇ ਘੋੜੇ ਚੱਲਦੇ ਆ, ਸਵਾਰੀਆਂ ਲੱਦ ਕੇ ਉਹ ਨਾਲ ਦੇ ਰਾਹ ਤੋਂ ਜਾਂਦੇ ਆ। ਕੀ ਆ ਪੁੱਤ ਇਹ? ਕਾਹਦੀਆਂ ਜੜ੍ਹਾਂ ਨੇ? ਦਰਖਤਾਂ ਦੀਆਂ। ਹਿੰਦੀ ਬੋਲਦਾ ਨਾ, ਹਿੰਦੀ ਭਾਸ਼ਾ ਬੋਲਦਾ, ਤਾਂ ਕਰਕੇ ਇਹਨੂੰ ਪੰਜਾਬੀ ਸਮਝ ਨਹੀਂ ਆਈ।
ਸਾਡੀ ਅੱਜ ਦੀ ਵਿਉਂਤਬੰਦੀ ਸੀ ਵੀ ਅਸੀਂ ਇੱਥੋਂ ਗਾਂ ਨੂੰ ਜਾਵਾਂਗੇ ਪਰ ਉਦੋਂ ਪਹਿਲਾਂ ਟਰੈਕ ਕਰਾਂਗੇ। ਟਰੈਕ ਕਰਨ ਤੋਂ ਬਾਅਦ ਇਹ ਕਹਿੰਦੇ ਵੀ ਦੋ ਘੰਟੇ ਲੱਗਦੇ ਆ, ਪਰ ਇਹਨਾਂ ਵਿੱਚ ਨਾਲ ਬੱਚਾ ਤਾਂ ਥੋੜ੍ਹਾ ਸਮਾਂ ਵੱਧ ਲੱਗ ਸਕਦਾ। ਫਿਰ ਇਹ ਕਰਨ ਤੋਂ ਬਾਅਦ ਫਿਰ ਟੱਪਾਂਗੇ, ਗੱਡੀ ਚੱਕਾਂਗੇ, ਫਿਰ ਜਾਵਾਂਗੇ। ਦਰਾਸ ਬਹੁਤ ਖਰਬੂ, ਦੇਖਾਂਗੇ ਥਾਵਾਂ। ਲੱਛਣ ਵਧੇ ਪਏ ਪੁੱਤ ਤੇਰੇ। ਅਰਨਵ ਆਓ ਸਾਹਮਣੇ ਗਲੇਸ਼ੀਅਰ ਦੇਖ ਪੁੱਤ। ਚੱਲ ਠੀਕ ਹੈ ਪੁੱਤ। ਨਿੱਕਾ ਜਿਹਾ ਟਰੈਕ ਆ, ਨਿੱਕੇ ਨਿੱਕੇ ਜਵਾਕਾਂ ਦੇ ਕਰਨ ਵਾਲਾ, ਅਤੇ ਇਹ 'ਚ ਆਪਣਾ ਨਿੱਕੇ ਨਿੱਕੇ ਝਰਨੇ ਆ। ਸਾਰੀ ਡੇਢ ਦੋ ਘੰਟੇ ਦੀ ਗੱਲ ਆ। ਇੱਧਰਲੇ ਪਾਸੇ ਧੁੱਪ ਪੂਰੀ ਨਿਖਰੀ ਹੋਈ ਹੈ, ਅਤੇ ਉਹ ਜਿਹੜੇ ਘਰ ਆ ਇਹ ਬੱਕਰਵਾਲਾਂ ਦੇ ਆ। ਬੱਕਰਵਾਲ ਉਹ ਜਿਹੜੇ ਵੱਗ ਚਲਾਉਂਦੇ ਆ, ਇੱਜੜ ਚਲਾਉਂਦੇ ਆ, ਅਤੇ ਉਹਨਾਂ ਦਾ ਰਹਿਣ ਬਸੇਰਾ ਇੱਥੇ। ਮੀਂਹ ਪਿਆ ਕਰਕੇ ਥੋੜ੍ਹੀ ਥੋੜ੍ਹੀ ਤਿਲਕਣ ਆ, ਊਂ ਐਡੀ ਕੋਈ ਖਾਸ ਗੱਲਬਾਤ ਨਹੀਂ। ਹਾਂ ਪੁੱਤ ਕੋਈ ਗੱਲ ਨਹੀਂ ਪੁੱਤ, ਦੂਜੇ ਬੂਟ ਪਾਲਾਂਗੇ। ਸੋਨਮਾਰਗ ਦੇ ਵਿੱਚ ਹੀ ਬਹੁਤ ਸਾਰੇ ਵੀਰ ਭਰਾ ਮਿਲਦੇ ਆ ਜਿਹੜੇ ਕਹਿੰਦੇ ਤੁਹਾਨੂੰ ਆਹ ਇੱਧਰ ਲੈ ਜਾਂਦੇ ਆ ਅਸੀਂ। ਵੇਖੋ ਜੀ ਆ ਇਹ 1200-1500 ਕਿੰਨੇ ਵੀ ਪੈਸੇ ਮੰਗ ਲੈਂਦੇ ਆ, ਅਤੇ ਘਟਾ ਵੀ ਲੈਂਦੇ ਜੇ ਇਹਨਾਂ ਨੂੰ ਬੇਨਤੀ ਕਰੀਏ ਤਾਂ ਆਪਾਂ। ਬਾਕੀ ਇਹਨਾਂ ਬਿਨਾਂ ਸਰ ਵੀ ਜਾਂਦਾ ਜੇ ਆਪਾਂ ਸਾਰ ਨਾ ਹੋਵੇ। ਕਹੋ ਵੀਰ ਸਾਡੇ ਨਾਲ ਜਾਈ ਜਾਂਦਾ, ਇਹ ਆਪ ਹੀ ਸਾਨੂੰ ਗਾਈਡ ਕਰਨ ਲੱਗ ਗਿਆ। ਅਸਲ ਦੇ ਵਿੱਚ ਤਾਂ ਬਰਫ਼ ਦੇ ਉੱਤੇ ਸਲਾਈਡਿੰਗ ਕਰਾਉਂਦੇ ਆ, ਅਤੇ ਉਹ ਸਲਾਈਡਿੰਗ ਦਾ ਲਾਲਚ ਆ ਵੀਰ ਨੂੰ ਵੀ ਚੱਲ ਮੈਂ 4 ਪੈਸੇ ਵੱਟੂੰਗਾ, ਤਾਂ ਕਰਕੇ ਮੈਂ ਚੱਲ ਵੀਰੇ ਤੂੰ ਨਾਲ ਹੋ ਚੱਲ। ਸੋ ਇਹ ਇੱਕ ਸੌਖੀ ਜਿਹੀ ਗੱਲਬਾਤ ਹੀ ਆ, ਕੋਈ ਬਹੁਤਾ ਔਖਾ ਚੱਕਰ ਨਹੀਂ। ਚੱਲਾਂਗੇ ਆਪਾਂ ਉਹਨਾਂ ਕੋਲ ਜੀ। ਪਾਣੀ ਸੀ ਬੁੱਤ, ਤੇਰੇ ਬੂਟ ਸਰ ਕਿੱਲੇ ਹੋ ਜਾਣੇ ਸੀ। ਹਾਂ ਲਿਆ ਰੇ ਉੱਤੇ ਪਾਸੇ ਰਹਿ ਪੁੱਤ। ਇਹ ਇੱਥੋਂ ਦੇ ਬਛਿੰਦੇ ਨੇ, ਇੱਥੋਂ ਦੇ ਰਹਿਣ ਵਾਲੇ ਲੋਕ ਆ, ਅਤੇ ਇਹਨਾਂ ਨੇ ਦੱਸਿਆ ਵੀ ਗਾਂਹ ਢਾਬੇ ਵੀ ਹੈਗੇ ਆ। ਸੋ ਉਹਨਾਂ ਢਾਬਿਆਂ ਦੇ ਵਿੱਚ ਖਾਣ ਪੀਣ ਦਾ ਕੰਮ ਹੁੰਦਾ, ਸਾਜੋ ਸਮਾਨ ਜਿਹੜਾ ਢੋਈ ਜਾਂਦੇ ਖੱਚਰਾਂ 'ਤੇ, ਪਾਣੀ ਦੀਆਂ ਬੋਤਲਾਂ ਅਤੇ ਹੋਰ ਸਮਾਨ ਜਿਹੜਾ ਜਾਂਦੇ ਆ ਸਾਰਾ ਦਿਨ ਲੋਕ ਤਾਂ ਉੱਥੇ ਖਾਂਦੇ ਪੀਂਦੇ ਆ। ਇੱਥੇ ਖੜ੍ਹ ਕੇ ਆਪਾਂ ਜੇ ਆਲੇ ਦੁਆਲੇ ਦਾ ਮਾਹੌਲ ਦੇਖੀਏ ਤਾਂ ਇਹੋ ਜਿਹਾ। ਆਹ ਚਰਾਂਦਾ ਦੇ ਉੱਤੇ ਚਰਦੀਆਂ ਹੋਈਆਂ ਖੱਚਰਾਂ, ਸਾਹਮਣੇ ਦਰਖਤਾਂ ਵਿੱਚ ਦੀ ਸੂਰਜ, ਇੱਧਰਲੇ ਪਾਸੇ ਖੱਚਰਾਂ ਵਾਲੇ ਵੀਰ ਜਿਹੜੇ ਸਮਾਨ ਦੀ ਢੋਆ ਢੁਆਈ ਕਰਦੇ ਆ। ਸਾਹਮਣੇ ਦਾ ਵਿਊ ਬਹੁਤ ਸ਼ਾਨਦਾਰ ਆ। ਨਹੀਂ ਵੀਰੇ ਘੋੜਾ ਨਹੀਂ ਕਰਨਾ, ਅਤੇ ਨਾਲ ਨਾਲ ਆਹ ਦਰਿਆ ਵਹਿੰਦਾ, ਦਰਿਆ ਵੀ ਨਹੀਂ ਕਹਿ ਸਕਦੇ, ਇੱਕ ਵੱਡਾ ਝਰਨੇ ਜਿਹੜੇ ਤਾਂ ਧੁੰਮਦੇ ਆ, ਜਾ ਕੇ ਇਹ ਸੋਨਮਰਗ ਕੋਲ ਸਿੰਧ ਦੇ ਵਿੱਚ ਰਲ ਜਾਂਦਾ। ਨਾ ਵੀਰੇ ਨਾ ਨਾ, ਘੋੜਿਆਂ ਵਾਲੇ ਬਾਈ ਵਾਰ ਵਾਰ ਪੁੱਛਦੇ ਆ ਵੀ ਜਿੱਥੇ ਕੋਈ ਲੋਟ ਲੱਗ ਜਾਏ ਚੜ੍ਹ ਜਾਂਦਾ, ਅਤੇ ਇਹਨਾਂ ਨੂੰ 4 ਪੈਸੇ ਵਿਚਾਰਿਆਂ ਨੂੰ ਬਣ ਜਾਂਦੇ ਆ। ਇਹ ਬਾਈ ਕਹਿੰਦਾ ਵੀ ਅਸੀਂ ਜੰਮੂ ਦੇ ਰਹਿਣ ਵਾਲੇ ਹਾਂ, ਅਤੇ ਜੰਮੂ ਤੋਂ ਆ ਕੇ ਇੱਥੇ ਆਹ ਸੀਜ਼ਨ ਦੇ ਵਿੱਚ ਕੰਮ ਕਰਦੇ ਹਾਂ, ਅਤੇ ਹੁਣ ਰੋਤਾ ਕਿਉਂਕਿ ਜਵਾਕਾਂ ਚੱਲਣ ਛੁੱਟੀਆਂ ਨੇ, ਅਤੇ ਹਰੇਕ ਬੰਦਾ ਇਹ ਇਲਾਕੇ ਨੂੰ ਪਹਾੜੀ ਇਲਾਕਿਆਂ ਨੂੰ ਭੱਜਿਆ ਹੋਇਆ। ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ ਪੁੱਤ, ਸ਼ਾਬਾਸ਼ ਸ਼ਾਬਾਸ਼। ਜਿੱਥੇ ਆਪਾਂ ਸਿਖਰ 'ਤੇ ਪਹੁੰਚੇ ਹਾਂ, ਸਿਖਰ ਤੋਂ ਭਾਵ ਜਿਹੜਾ ਇਹ ਟਰੈਕ ਦਾ ਇੱਕ ਸਮਿਟ ਪੁਆਇੰਟ ਕਹਿ ਲਓ ਨਿੱਕਾ ਜਿਹਾ, ਉੱਥੇ ਖੜ੍ਹ ਕੇ 360 ਇੱਕ ਵਾਰੀ ਫਿਰ ਘੁੰਮਦੇ ਹਾਂ, ਕਿਉਂਕਿ ਇਹ ਮਾਹੌਲ ਹੀ ਦੇਖਣ ਵਾਲਾ ਹੈ। ਬਹੁਤ ਸ਼ਾਨਦਾਰ ਗੱਲਬਾਤ ਹੈ, ਪਾਣੀ ਦਾ ਖੜਕਾ ਸੁਣਦਾ ਹੋਊਗਾ ਆਪਣੇ ਬੋਲਦੇ ਨਾਲ ਨਾਲ, ਪਾਣੀ ਦਾ ਖੜਕਾ ਸੁਣਨ ਦਾ ਕਾਰਨ ਆ ਵੀ ਜਿਹੜਾ ਵੱਡਾ ਇੱਧਰ ਪਾਣੀ ਵਗਦਾ। ਆਹ ਸਾਹਮਣੇ ਗਲੇਸ਼ੀਅਰ ਆ ਜਿਹੜਾ, ਉਹਦਾ ਨਾਮ ਆ ਤੇਜਵਸ ਗਲੇਸ਼ੀਅਰ, ਅਤੇ ਇਸੇ ਦੇ ਨਾਮ 'ਤੇ ਇਹ ਟਰੈਕ ਦਾ ਨਾਮ ਹੈ। ਅਤੇ ਆਹ ਪਾਣੀ ਐਂ ਵਗਦਾ ਕਲ ਕਲ, ਬਹੁਤ ਸ਼ਾਨਦਾਰ ਗੱਲਬਾਤ ਹੈ।
ਜਿਹੜੇ ਬਾਈ ਥੱਲੇ ਨੂੰ ਸੋਨਮਾਰਗ ਤੋਂ ਖੱਚਣਾ ਕਰਾ ਕੇ ਆਉਂਦੇ ਆ ਉਹ ਇਸ ਤਰ੍ਹਾਂ ਦਾ ਮਾਹੌਲ ਵੱਜਦਾ ਉਹ ਵੇਚਦੀ ਆ ਅਤੇ ਝਰਨੇ ਦਰਿਆ 'ਤੇ ਵੇਚਦੀ ਵੀ ਹੋ ਜਾਂਦੇ ਆ ਕਿਉਂਕਿ ਪਾਣੀ ਬਹੁਤਾ ਡੂੰਘਾ ਨਹੀਂ ਇਹ ਕੋਈ 3-4 ਫੁੱਟ ਡੂੰਘਾ ਹੀ ਆ 3-4 ਤਾਂ ਵਾਲਾ ਹੋ ਗਿਆ ਸੱਚ ਮਤਲਬ ਕਿ 1.5-2 ਫੁੱਟ ਡੂੰਘਾ ਹੀ ਆ ਅਤੇ ਉਹ ਨਾਲ ਜਿਹੜਾ ਵੀਰ ਉਹਨਾਂ ਦੀ ਵੀਡੀਓ ਬਣਾ ਦਿੰਦਾ ਇਹ ਪੈਕੇਜ ਦੇ ਵਿੱਚ ਸਾਰਾ ਕੁਛ ਇਨਕਲੂਡ ਹੁੰਦਾ जोर दिखा जवान है वैसे वधिया रहा पुत्तू थक्या भी नहीं तेन चक्कर की लोड़ भी नहीं पई शाबाशी इतों के ढाबे बने हुए कई ने लैनो बार जिथे आ गए जो लोग आते चाह पानी पीते हैं क्योंकि थले आते बहुत जाने सवेर का वेला होना करके इस वेले का कोई भी नहीं असी बस तो आ जे इतों दच्चर उड़ीक रहे हैं जेडे गांह गए हुए बर्फ से माड़े मोटे झूठे झटे लैन उन्होंने और पुल टप के परले पास जावे ये बर्फ में नेड़ों देखिए सामने जिमें झरना डिग रहा है वह झरना सारे का सारा आ बर्फ के थलों की वगदा है तो बर्फ के थलों की वग के जिहड़ी ये बर्फ है ये छत बनाई खड़ी आ ते तां करके थल्लों दी सारा पानी वगी जांदा गुफा वांगू काम करदा इक सुरंग वांगू जदों ये बर्फ दे विच माड़ा मोटा रेता मिट्टी रल जांदा उदू बाद ये बर्फ का जक वज जांदा फिर ये बर्फ खुरदी नहीं ते इदों अगली गल ये आ इहनां कोले सलेटां जिहियां हुंदियां ने फटियां जिहियां इहनां उत्ते बहा लैंदे आ बंदे नूं रस्से नाल खिच के तां चढ़ाउंदे आ ते झूटा दिंदे आ ये चीज़ भी खैर ठीक है माहौल तो है ये कहें भी भाई तुम झूठी दे दें तो साड़ी राय भी न्याणी में झूठा दबा दिए चल पुत माड़ा बर्फ तो बचा के तलकण तू चंगा हाँ आ जी बर्फ है ये पैड़ चल रही है पैड़ चल होने करके ये गंद गंदी है मतलब क्या कसमैली जी हुई हुई है ये उत्ते दरख्तों के पत्ते पुत्ते तो होर बाद घाट आ जी उत्ते डिगी पई आ इतों के ट्रडिशनल वर्दी है रवायती इतों के लीड़े कपड़े है जिन्हों पा के लोग फोटो खेलते हैं तो आपके घर सजाते टिक्के बड़े सूट से सिर से लाने वाले फुल माहौल है चक और सामने झरना जरा डिग रहा है जूम करके देखिए गलबात देखिए डिगण तो बच गए भी तू आम है इतने तह तक लै जाते पेल बंदे व्डे जड़े तुर के चले जाते तो न्याण में फटी दे पा के लै जाते आर आप मूहरे सामभदा चैक है तो कम रोट यार बीते चल 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 टेढ़ा पैर बंदा राखी चले तो उतर भी सकता वधिया हां देखी बाजी ना लग जे दस मैनू किवें रहा तजर्बा तेरा पुत वधिया सी ठीक ठीक सीगा वधिया रहा पुत चल चंगा हो गया हुण तां तेरी अच्छा मुक गई बर्फ वाली चलिए फिर अमताप पकाउ होर की करना बर्फ चोना खेडना की है पुत ना पुत बर्फ बड़ी लिबड़ी जी गंदी जी बर्फ है तो खेडन का रूट नहीं आना काम हाँ पर आज चलते उसे जजीला से मिल जू बर्फ आपां नूं चल मेरी ती भज गई हूँ आप आहो आहो गड्डी ते चल थले नूं चल आ दो तीन जने धक्का ला के खिच खुच के बाई नूं तां लेके जाणगे फिर तां ले जाके ठंड नूं छड्डणगे सोनमर्ग कदे व्याह तक निका जा ट्रैक कर लेना चाहिए बेशक बच्चे जी आप न्याणियां दे करन लई निका जा ट्रैक वधिया पत्थरां ते पैर धरन दा वल लाउंदा ते माड़े मोटे पंगे लैके जवाकां दा हौसला भी वधदा खैर हाँ ते ये सिर्फ 2-2.5 घंटे 1.5 घंटा नूं चढ़न ते लगदा बच्चे होने करके नहीं आम तक अच्छा अद्धे घंटे बंदे चढ़ जाता इस ट्रैक पर।
ਬਰਫਾਂ ਤੇ ਮਾੜੇ ਮੁੱਠੇ ਝੂਟੇ ਲੈ ਕੇ ਤੇ ਚਾਹ ਪੀ ਕੇ ਘੁੱਟ ਹੁਣ ਚੱਲਿਆ ਥੱਲੇ ਨੂੰ ਜਿੱਥੋਂ ਸਵੇਰੇ ਚੱਲੇ ਸੀਗੇ। ਸਾਢੇ ਕੁ 11 ਵਜੇ ਇੱਥੋਂ ਮੁੜੇ ਹਾਂ ਅਤੇ ਹੁਣ ਖੱਚਰਾਂ ਘੋੜਿਆਂ ਦੀ ਆਵਾਜ਼ਾਈ ਵੱਧ ਗਈ। ਜਿਹੜੇ ਹੋਟਲਾਂ ਦੇ ਵਿੱਚ ਜਿਹੜੇ ਵੀਰ ਭਰਾ ਪਏ ਸੀ ਉਹ ਸਾਰੇ ਬਾਹਰ ਨਿਕਲੇ ਆ। ਬਾਹਰ ਨਿਕਲਣ ਤੋਂ ਬਾਅਦ ਆਓ ਜਿਵੇਂ ਕਤਾਰਾਂ ਬੰਨੀ ਆਉਂਦੇ ਆ, ਹੁਣ ਚੱਲੇ ਆ ਟਰੈਕ ਕਰਨ ਦੇ ਲਈ। ਆਪਾਂ ਇੱਥੋਂ ਨਿਕਲਦੇ ਹਾਂ ਅਤੇ ਜਾਂਦੇ ਹਾਂ ਜੁਜ਼ੀਲਾ ਦਰੇ ਵੱਲ। ਹੁਣ ਜੁਜ਼ੀਲਾ ਦਰਾ ਦੇਖਾਂਗੇ ਅਤੇ ਫਿਰ ਅੱਗੇ ਗਾਂਹ ਨੂੰ ਵਧਾਂਗੇ। ਸ਼੍ਰੀਨਗਰ ਨੂੰ, ਸ਼੍ਰੀਨਗਰ ਤੋਂ ਲੇਹ ਨੂੰ ਜਾਂਦੇ ਰਾਹ ਦਾ ਪਹਿਲਾ ਜਿਹੜਾ ਦਰਾ ਸੋਨਮਾਰਗ ਟੱਪਣ ਤੋਂ ਬਾਅਦ ਜੁਜ਼ੀਲਾ ਆਉਂਦਾ ਅਤੇ ਜੁਜ਼ੀਲੇ ਦੀ ਚੜ੍ਹਾਈ ਇੱਥੋਂ ਲਗਭਗ ਸ਼ੁਰੂ ਆ। ਇਸ ਵੇਲੇ ਜਿੱਥੇ ਆਪਾਂ ਖੜ੍ਹੇ ਹਾਂ ਇਹਦਾ ਐਲਟੀਟਿਊਡ ਹੈਗਾ 3,080 ਮੀਟਰ ਦਾ ਗੇੜ ਅਤੇ ਇੱਥੇ ਸਾਰੇ ਕਿਤੇ ਫੌਜ ਦੀ ਨਫਰੀ ਆ ਕਿਉਂਕਿ ਇੱਥੇ ਅਮਰਨਾਥ ਯਾਤਰਾ ਕਰਕੇ ਸਾਰੇ ਪਾਸੇ ਇੱਥੇ ਬਲਟਾਲ ਨੇੜੇ ਹੀ ਆ, ਤਾਂ ਕਰਕੇ ਇੱਥੋਂ ਦੀ ਇੱਕ ਫੌਜ ਆ। ਜਦੋਂ ਗਾਂਹ ਲੱਦਾਖ 'ਚ ਵੜ ਜਾਂਗੇ ਤਾਂ ਲੱਦਾਖ ਦੇ ਵਿੱਚ ਕੋਈ ਬਰਲੀ ਟਾਵੀ ਫੌਜ ਦਿਸੂਗੀ, ਕਸ਼ਮੀਰ ਕਸ਼ਮੀਰ ਦੇ ਮੱਥੇ ਫੌਜ ਮਿਲਦੀ। ਹੈਗੇ ਆ ਝਰਨੇ ਇੱਥੇ। ਵੈਸੇ ਜਿਹੜੀ ਇਹ ਸੜਕ ਆ ਸ਼੍ਰੀਨਗਰ ਤੋਂ ਲੇਹ ਵਾਲੀ ਇਹ ਬਣੀ ਹੋਈ ਆ ਲਗਭਗ, ਪਰ ਜਿੱਥੇ ਆ ਬਰਫ਼ ਹੁੰਦੀ ਆ ਦਰਿਆਂ ਦੇ ਉੱਤੇ ਲਗਾਤਾਰ ਬਰਫ਼ ਪੈਣੇ ਕਰਕੇ ਬੰਦ ਹੁੰਦੀ ਆ ਦਰੇ, ਇਹ ਸੜਕਾਂ 'ਤੇ ਟੁੱਟ ਭੱਜ ਹੁੰਦੀ ਰਹਿੰਦੀ ਆ ਅਤੇ ਨਾਲੋ ਨਾਲ ਖਰ ਮੁਰੰਮਤ ਵੀ ਕਰੀ ਜਾਂਦੇ ਆ। ਪਰ ਜਦੋਂ ਸੁਰੰਗ ਬਣਾਤੀ ਉਦੋਂ ਬਾਅਦ ਮੁਰੰਮਤ ਵਾਲਾ ਕੰਮ ਵੀ ਮੁੱਕ ਜੂਗਾ, ਫਿਰ ਇਕੱਲੇ ਤੇਲ ਦੇ ਟੈਂਕਰ ਟੱਪਿਆ ਕਰਨਗੇ ਤਾਂ ਦੀ, ਬਾਕੀ ਸਾਰੀ ਆਵਾਜਾਈ ਸੁਰੰਗਾਂ ਵੇ। ਦਰਾ ਜੁਜ਼ੀਲੇ ਨੂੰ ਜਾਂਦੇ ਰਾਹ ਦਾ ਇਹੋ ਜਿਹਾ ਮਾਹੌਲ ਹੈ, ਉੱਤੇ ਇੰਟਰਲੋਕ ਲੱਗੀ ਹੋਈ ਹੈ, ਸੜਕ ਟੁੱਟ ਜਾਂਦੀ ਹੈ ਅਤੇ ਫਿਰ ਇੰਟਰਲੋਕ ਇੱਥੇ ਵਾਹ ਵਾਹ ਕੰਮ ਕੱਢ ਦਿੰਦੀ ਹੈ। ਖੈਰ ਬਹੁਤੇ ਦਰਿਆਂ ਦੇ ਉੱਤੇ ਇਹੀ ਲੱਗੀ ਹੁੰਦੀ ਹੈ ਅਤੇ ਇੱਧਰਲੇ ਪਾਸੇ ਸਾਹਮਣੇ ਤਾਂ ਝਾਕਾ ਬਾਕਾ ਇਹੋ ਜਿਹਾ ਬਣਦਾ, ਉੱਚੇ ਪਹਾੜ ਅਤੇ ਥੱਲੇ ਜਿਹੜਾ ਕੰਮ ਚੱਲਦਾ ਸੜਕਾਂ ਬਣਾਉਣ ਦਾ, ਸੁਰੰਗਾਂ ਬਣਾਉਣ ਦਾ, ਉਹਦਾ ਦਾਰੋਮਦਾਰ ਦੀਆਂ ਜਿਹੜੇ ਟੈਂਟ ਆ ਸਾਰੇ ਉਹਨਾਂ ਦੇ ਆ। ਅਤੇ ਸੋਨਮਾਰਗ ਇੱਧਰਲੇ ਪਾਸੇ ਰਹਿ ਗਿਆ ਸੀ ਅਤੇ ਆਹ ਗਲੇਸ਼ੀਅਰ ਨੇ ਜਿਹੜੇ ਤਾਂ ਤੋਂ ਬਰਫ਼ਾਂ ਵਗ ਕੇ ਆਉਂਦੀਆਂ, ਇਹਨਾਂ ਨਾਲੋਂ ਨਾਲ ਸੜਕ ਤੋਂ ਸਫਾਈ ਕਰਦੇ ਰਹਿੰਦੇ, ਸਾਫ਼ ਕਰਦੇ ਰਹਿੰਦੇ ਆ। ਸੜਕ ਖੈਰ ਸਾਰੀ ਦੀ ਸਾਰੀ ਇਹ ਖੁੱਲ੍ਹੀ ਆ, ਫਿਰ ਸਾਹਮਣੇ ਜਾਮ ਲੱਗ ਗਿਆ। ਜਾਮ ਇੱਥੇ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਲੱਗਦਾ, ਇੱਕ ਪਾਸੇ ਦੀ ਟ੍ਰੈਫਿਕ ਨੂੰ ਟਪਾ ਕੇ ਫਿਰ ਦੂਜੇ ਪਾਸੇ ਨੂੰ ਟੱਪਣ ਦਿੰਦੇ ਆ। ਪਿਛਲੇ ਸਾਲਾਂ ਦੇ ਮੁਕਾਬਲੇ ਜੁਜ਼ੀਲਾ ਦਰੇ 'ਤੇ ਵੀ ਬਰਫ਼ ਵੱਧ ਪਈ ਹੋਈ ਹੈ, ਹੋਰ ਸਾਰੇ ਦਰਿਆਂ 'ਤੇ ਵੀ ਬਰਫ਼, ਇਸੇ ਤਰ੍ਹਾਂ ਬਰਫ਼ ਦੇ ਤੋਦੇ ਜੰਮੇ ਹੋਏ ਤਾਂ ਤੱਕ ਗਲੇਸ਼ੀਅਰ, ਪਰ ਇੰਨਾ ਵੀ ਨਾਲੋਂ ਨਾਲ ਸੜਕ ਦੇ ਉੱਤੋਂ ਬਰਫ਼ ਸਾਫ਼ ਕਰਨੇ ਕਰਕੇ ਇਹ ਕੰਧਾਂ ਬਣ ਕੇ ਰਹਿ ਜਾਂਦੀਆਂ, ਸਾਈਡਾਂ ਦੇ ਦੋਹੇ ਪਾਸੇ ਕੰਨੀਆਂ ਰਹਿ ਜਾਂਦੀਆਂ ਨੇ। ਜੁਜ਼ੀਲਾ ਸਾਰੇ ਦਾ ਸਾਰਾ ਬਰਫ਼ ਨਾਲ ਢੱਕਿਆ ਹੋਇਆ, ਪਹਾੜਾਂ ਦੀਆਂ ਚੋਟੀਆਂ ਨੇ ਅਤੇ ਬਰਫ਼ਾਂ ਨਾਲ ਢੱਕੀਆਂ, ਅਤੇ ਜਿਹੜੀਆਂ ਬਰਫ਼ਾਂ ਨੇ ਇਹਨਾਂ ਦਾ ਪਾਣੀ ਵਗੀ ਜਾਂਦਾ ਇਹਨਾਂ ਸੜਕਾਂ ਉੱਤੋਂ ਦੀ। ਭੀੜ ਜ਼ਿਆਦਾ ਹੋਣ ਲੱਗ ਗਈ ਇੱਥੇ, ਪਹਿਲਾਂ ਜਦੋਂ ਅਸੀਂ ਸਾਈਕਲ 'ਤੇ ਆਏ ਸੀ ਉਦੋਂ ਬਹੁਤ ਘੱਟ ਸੀ, ਪਿੱਛੇ ਉਹ ਸਾਰੀ ਭੀੜ ਛੱਡ ਕੇ ਗਾਂਹ ਆ ਕੇ ਰੁਕੇ ਹਾਂ ਅਸੀਂ। ਅਤੇ ਇੱਧਰਲੇ ਪਾਸੇ ਆ ਬੋਰਡ ਲੱਗਾ ਹੋਇਆ, ਥੈਂਕਸ ਫੋਰ ਯੂਅਰ ਵਿਜ਼ਿਟ, ਯੂ ਆਰ ਐਟ ਜੁਜ਼ੀਲਾ ਅਲਟੀਟਿਊਡ 11,659 ਫੁੱਟ, BRO ਦੇ ਪ੍ਰੋਜੈਕਟ ਆ ਇਹ, ਬਾਰਡਰ ਰੋਡ ਆਰਗਨਾਈਜੇਸ਼ਨ ਦੇ, ਜਿਹੜੇ ਇਹ ਸੜਕਾਂ ਨੂੰ ਬਣਾਉਂਦੇ ਆ। ਨਿੱਕੀਆਂ ਨਿੱਕੀਆਂ ਕਣੀਆਂ ਪਈ ਜਾਂਦੀਆਂ, ਲੇਹ ਇੱਥੋਂ 326 ਕਿਲੋਮੀਟਰ ਦੂਰ ਆ। ਉਹ ਸਾਹਮਣੇ ਉਹ ਬੋਰਡ ਆ ਜਿਹਦੇ ਨਾਲ ਸਾਰੇ ਜਣੇ ਫੋਟੋਆਂ ਖਿਚਾਉਂਦੇ ਹੁੰਦੇ ਆ ਵੀ ਭਾਈ ਅਸੀਂ ਜੁਜ਼ੀਲਾ ਜਾ ਕੇ ਆਏ ਹਾਂ, ਜੁਜ਼ੀਲਾ ਦੇ ਬੋਰਡ ਦੇ ਨਾਲ। ਦੱਸਦਾ ਪੁੱਤ, ਜੁਜ਼ੀਲਾ ਪਾਸ 0 point, ਐਲਟੀਟਿਊਡ 11,659, ਇੱਕ ਵਾਰੀ ਫਿਰ ਗੜੇ ਪੈਣ ਲੱਗ ਗਏ ਅਤੇ ਅੱਡੋ ਅੱਡ ਸਟੇਟਾਂ ਦੀਆਂ ਗੱਡੀਆਂ ਆਉਂਦੀਆਂ, ਮਹਾਰਾਸ਼ਟਰ ਵਾਲਿਆਂ ਨੇ ਫੋਟੋ ਖਿਚਾ ਰਹੇ ਨਾਲ,
सब तो खास गल इधरले पासे देखण दी लोड़ आ जज़ीला बैटल ऑफ 1948 ड्यूरिंग द फस्ट कश्मीर वार जज़ीला वाज़ साइज़्ड बाय गिलगिट रिबल इन 1948 इन द कंपेनियन टू द कैप्चर लद्दाख द पास वाज रीकैप्चर्ड बाय इंडियन फोर्सेज ऑन 1 नवंबर इन एन असॉल्ट कंटेम्पोरेशन बायसन। ठीक है 1948 की जंग दियां गल्लां बातां ने जज़ीला पास जदों दोबारे रीकैप्चर किया सी। ये पुत ए जिहड़ी इंडियन फौज आ उन्हें जज़ीला जिहड़ा लंघ के आए जित्या सीगा ये तो किसी होर फौज ने कब्जा कर लिया सी। फिर पुत इन्हां जिहड़े आ बाई बैठे जिन्ने भी इन्होंने दोबारे हमला करके तो छड़ा लिया सीगा। फिर बस छड़ा लिया सी जंग जित गए सी। हां हाँ बच गए सी बच गए। लद्दाख एले नंबर दियां गड्डियां तुसीं लग गईयां इत्थे एले नंबर दियां गड्डियां प्लेटां लगियां लद्दाख दियां गड्डियां ते इहो जिहा माहौल चल पाईदा इत्थे सारे पासे तस्वीरकारियां इत्थे रीलां बनाउण वाले बंदे टक्करदे आ कहिंदा रील बना देना 800 रुपया लऊंगा मैं ना उपरावा तू 500 दे अहीं बना दिंदे आ चलिए जवान सवेर दी रोटी भी नहीं खाधी आपां केले गुले पए सी वह खाई जाने इधरले पासे भी लिखा जज़ीला स्नो क्लीयरेंस जज़ीला दी जिहड़ी बर्फ पैंदी आ उहनूं इंडियन आर्मी हटाउंदी आ बर्फ नूं ते इह उहनां दीआं फोटोआं तस्वीरां ने। हाँ जी हाँ इहदे निक्के निक्के सवाल सारा दिन चली जांदे आ। इतने जम्मू कश्मीर की हद खत्म हो जाती है तो लद्दाख की शुरू हो जाती है। लद्दाख का जिला कारगिल वो इतने वेलकम करता जी एनू कहता तो कारगिल के दाखिल होने के बाद इतने एंट्री पॉइंट बनया हुआ इतने आपका नाम लिखाते हैं गड्डी का नंबर लिखते हैं जाने किन्ने हो ये लिखते हैं तो यह जी गल बात तो सामने पासे के यहोजे पहाड़ ने हुण लद्दाख शुरू हो गया तो लद्दाख के पहाड़ों का रंग ढंग इतों ही बदलना शुरू हो जाता तो इधरले पासे एक गिरियर का पहाड़ आ ये जमी कला खड़ा नरोल तो वगदे हुए दरिया निक्किया निक्किया कणियां बिजली के टावर फौजा दियां छाउणियां ते चलिए लद्दाख का पहला व्यू इहो जिहा मिलता जो आप जम्मू कश्मीर चो निकल आने जो जज़ीला दर्रे नूं उतर जाने तो जिहड़ा सामने पिंड आ ये पिंड का नाम आ मतियाणी तो लद्दाख का पहला पिंड इस वेले अपनी अखां दे सामने आ शैड पाए हुए टीना पाईया हुई उत्थे खाण पीण का प्रबंध भी हैगा उत्थे किरां रोटी खाधी सी ते सामने का पहाड़ ये कुदरत दीआं कारागरियां सारे पासे हुण पहाड़ां दे रंग ढंग गां गां इसे तरह बदलते जाणगे। इधरलियां पहाड़ी लड़ियां देखण योग आ इन्हां दा रंग ढंग बहुत शानदार ते सोहणा है पत्थरां ते भी वक्खो वक्खरे रंग देखण नूं मिलदे आ। द्रास इत्थों 14 किलोमीटर दूर आ नैशनल हाईवे 1 ते जाई जांदे आ बेशक असी गड्डी ते आ पर साइकिल साडी चाल वाली है साइकिल चाल साइकिल वाली आ वाटर ते घट ते घट निबड़ी आ 1-2 तां जाम सीगे ते बाकी सवेरे ट्रैक करने करके लेट वाहवा हो गए। लद्दाख दा हुसन इहदा धरातल है ते द्रास इत्थों 10 किलोमीटर बाकी आ रुकण दा कारण इह वी आ जिहड़ा सामने दा व्यू आ बड़ा शानदार है पिछली वारी जो साइकिल ते गए सी तां आथण हो गया सीगा तां करके आह थावां उदों चंगी तरह कैप्चर नहीं की गई हूँ देखने योग आ वगदा हुआ दरिया सामने दिसदे बदल तो लद्दाख के खुश्क पहाड़ तो दूर दिसद कुछ बर्फीलियां चोटियां। लद्दाख के जिले कारगिल का वड्डा शहर है यह द्रास तो द्रास भारत की सब तो वध ठंडी जगह है इतने गिर टेंट लाया से टेंट के उत्ते जाके बर्फ जमी पई सी इतने हस्पताल तो बड़े बड़े यहोजे रहन के टिकाने सारा कुछ बनया हुआ खास करके जो आप इस राह सफ़र करते हैं तो फौजी छाउणियां बहुत मिलदिया तो द्रास भी फौजी छाउणी हैगी कारगिल भी सोनमार्ग तो सारे राह के उतो गांह लेह तो गांह भी छाउणियां बथेरिया मिलदिया ने सारे के सारे राह से द्रास तो अगे 10-15-10 किलोमीटर अगे जाके मेरे ख्याल च कारगिल वार मेमोरियल भी आता। द्रास लंघन तो बाद सीधा कारगिल जा रहे हैं
ਕਾਰਗਿਲ ਤੋਂ ਅੱਗੇ ਬਹੁਤ ਖਰਬੂ ਅਤੇ ਕਾਰਗਿਲ ਵਰਗੇ ਜਿਹੜੇ ਵੱਡੇ ਸ਼ਹਿਰ ਆ ਜ਼ਿਲ੍ਹਾ ਹੀ ਆ ਉਹ ਤਾਂ ਕਰਕੇ ਉੱਥੇ ਵਾਹਵਾ ਹੁੰਦਾ ਰੌਣਕ ਮੇਲਾ ਵਾਹਵਾ ਹੁੰਦਾ ਅਤੇ ਇਸ ਰਾਹ ਦੇ ਉੱਤੇ ਪੈਟਰੋਲ ਪੰਪ ਪਹਿਲਾਂ ਨਾਲੋਂ ਵੱਧ ਲੱਗ ਗਏ ਕਰੋਨੇ ਤੋਂ ਬਾਅਦ ਲੋਕ ਘਰੋਂ ਨਿਕਲਣੇ ਸ਼ੁਰੂ ਹੋਏ ਜਾਂ ਟੂਰਿਜ਼ਮ ਵਧਿਆ ਤਾਂ ਇਸ ਰਾਹ 'ਤੇ ਸਾਰੇ ਤੇ ਹੋਟਲ ਰਹਿਣ ਦੇ ਟਿਕਾਣੇ ਖਾਣ ਪੀਣ ਦੇ ਟਿਕਾਣੇ ਪੈਟਰੋਲ ਪੰਪ ਅਤੇ ਸਾਰੀਆਂ ਸੁਵਿਧਾਵਾਂ ਵਧੀਆ ਹੋਈਆਂ ਨੇ ਅਤੇ ਅੱਜ ਦੀ ਰਾਤ ਸ਼ਾਇਦ ਵੀ ਬਹੁਤ ਖਰਬੂ ਪਹੁੰਚਾਂਗੇ ਇਸ ਵੇਲੇ ਸਮਾਂ ਹੋ ਗਿਆ 6:02 ਘੰਟੇ ਡੇਢ ਘੰਟੇ 'ਚ ਬਹੁਤ ਖਰਬੂ ਪਹੁੰਚ ਕੇ ਉੱਥੇ ਫਿਰ ਤੰਬੂ ਕੱਢਾਂਗੇ ਅੱਜ ਦਿਨ ਢਲਦੇ ਦੇ ਨਾਲ ਨਾਲ ਇਸ ਵੇਲੇ ਜਿਹੜਾ ਸਕਰੀਨ ਦੇ ਸਾਹਮਣੇ ਸ਼ਹਿਰ ਦਿਸਦਾ ਇਹ ਆ ਕਾਰਗਿਲ ਕਾਰਗਿਲ ਇੱਥੋਂ ਦੀ ਖਾਸ ਜਗ੍ਹਾ 1999 ਜਿਹੜੀ ਕਾਰਗਿਲ ਦੀ ਜੰਗ ਹੋਈ ਸੀ ਉਹਨੇ ਇਹ ਸ਼ਹਿਰ ਦਾ ਨਾਂ ਦੁਨੀਆ 'ਚ ਪਹੁੰਚਾਤਾ ਸੀਗਾ ਕਾਰਗਿਲ ਦਾ ਅਤੇ ਕਾਰਗਿਲ ਦੇ ਵਿੱਚ ਜਿਹੜਾ ਦਰਿਆ ਵਗਦਾ ਜਿਹਦੀ ਵਰਲੀ ਜੀ ਆਵਾਜ਼ ਆਉਂਦੀ ਹੈ ਇੱਥੇ ਸੁਰੂ ਦਰਿਆ ਵਗਦਾ ਸੁਰੂ ਦਰਿਆ ਦਰਿਆਸ ਦਰਿਆ ਜਿਹੜਾ ਦੂਜੇ ਪਾਸੇ ਆਉਂਦਾ ਉਹਦੇ ਨਾਲ ਰਾਜ ਜਾਂਦਾ ਅਤੇ ਸ਼ਹਿਰ ਨੂੰ ਮਾੜਾ ਮਾੜਾ ਜੂਮ ਜਿਹਾ ਕਰਕੇ ਦੇਖੀਏ ਤਾਂ ਇਹੋ ਜਿਹਾ ਬਣਦਾ ਪਰ ਸ਼ਹਿਰ 'ਚ ਵੜਨ ਦੀ ਲੋੜ ਨਹੀਂ ਸ਼ਹਿਰ ਦਾ ਬਾਈਪਾਸ ਹੈਗਾ ਸ਼ਹਿਰ ਤੋਂ ਬਾਹਰੇ ਬਾਹਰ ਨਿਕਲ ਆਉਂਦੇ ਆ ਸ਼ੀਆ ਮੁਸਲਮਾਨਾਂ ਦੀ ਆਬਾਦੀ ਬਹੁਤ ਜ਼ਿਆਦਾ ਇਹ ਸ਼ਹਿਰ ਦੇ ਵਿੱਚ ਲੇਹ ਨੂੰ ਜਾਂਦੇ ਸਾਰੇ ਰਾਹ 'ਤੇ ਰੋਟੀ ਪਾਣੀ ਵਧੀਆ ਮਿਲ ਜਾਂਦਾ ਜਿੱਥੇ ਜਿੱਥੇ ਥਾਵਾਂ ਬਣੀਆਂ ਨੇ ਵੱਡੀਆਂ ਠਾਰਾਂ ਬਣੀਆਂ ਨੇ ਉੱਥੇ ਸਾਰੇ ਪਾਸੇ ਆ ਜਿਹੜੇ ਹੋਟਲ ਬਣੇ ਹੋਏ ਆ ਰੋਟੀ ਪਾਣੀ ਦਾ ਪ੍ਰਬੰਧ ਇੱਕ ਨੰਬਰ ਆ ਓਕੇ ਏਅਰਪੋਰਟ ਕੰਮ ਆ ਹਰਨਵ ਠੀਕ ਆ ਪੁੱਤ ਸਵਾਦ ਆ ਸਬਜ਼ੀ ਠੀਕ ਆ ਜੀ ਪਾਣੀ ਦੀਆਂ ਬੋਤਲਾਂ ਵੀ ਲੈ ਲੈਂਦੇ ਹਾਂ ਹੋਰ ਕੋਈ ਹੁਕਮ ਹੋਰ ਹੁਕਮ ਕੋਈ ਕਾਰਗਿਲ ਤੋਂ 35-36 ਕਿਲੋਮੀਟਰ ਦੂਰ ਅਗਲੀ ਜਗ੍ਹਾ ਦਾ ਨਾਮ ਆ ਮੁੱਲਬੈਕ ਅਤੇ ਮੁੱਲਬੈਕ ਰੁਕੇ ਹੋਏ ਆ ਜਿਨ੍ਹਾਂ ਨੇ ਆ ਰਾਹ 'ਤੇ ਸਫ਼ਰ ਕੀਤਾ ਉਹ ਜਾਣਦੇ ਵੀ ਮੁੱਲਬੈਕ ਬਹੁਤ ਸੋਹਣੀ ਸ਼ਾਨਦਾਰ ਜਗ੍ਹਾ ਸਵੇਰੇ ਦਿਖਾਵਾਂਗੇ ਇੱਥੇ ਅਤੇ ਵਾਹੀ ਯੋਗ ਜ਼ਮੀਨ ਵੀ ਹੈਗੀ ਇੱਥੇ ਮੁੱਲਬੈਕ ਦੀ ਮਿਲਦੇ ਹਾਂ ਕੱਲ੍ਹ ਨੂੰ ਲੇਹ ਪਹੁੰਚ ਜਾਵਾਂਗੇ ਕੱਲ੍ਹ ਨੂੰ ਅਸੀਂ ਠੀਕ ਹੈ ਪੁੱਤ ਠੀਕ ਹੈ ਲੇਹ ਪਹੁੰਚ ਗਏ ਕੱਲ੍ਹ ਨੂੰ ਆਪਾਂ ਬਰਫ਼ ਹੋਊਗੀ ਬਰਫ਼ ਦਾ ਚਾਅ ਜਿਹੜਾ ਪਿਆ ਇਹਨੂੰ ਹਾਂ ਵਾਧੂ ਬਰਫ਼ ਹੋਊਗੀ ਪੁੱਤ ਉੱਥੇ ਸੋਹਣੀ ਹਾਂ ਸੋਹਣੀ ਹੋਊਗੀ ਮਿੱਟੀ ਨਾਲ ਦੀ ਮੇਰੀ ਮਿੱਟੀ ਵਾਲੀ ਨਹੀਂ ਸਾਫ਼ ਬਰਫ਼ ਮਿਲ ਜੂਗੀ ਆਪਾਂ ਨੂੰ ਲੱਭਣਾ ਕਿਸੇ ਪਾਸੇ ਆਪਾਂ ਫਿਰ ਤਾਂ ਗੱਲ ਤਾਂ ਤੁਸੀਂ ਝੂਠ ਬੋਲੋਗੇ ਤੁਹਾਡਾ ਨੱਕ ਪੜ ਦੇਣਾ ਚੰਗਾ ਸਤਿ ਸ਼੍ਰੀ ਅਕਾਲ ਬੁਲਾ ਦੇ ਪੁੱਤ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿਆਰ ਨਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਠੀਕ ਹੈ